डेली पंजाब न्यूज़ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਅੱਜ ਤਾਜ਼ਾ ਵੱਡੀ ਖਬਰ, ਵਿਆਹ 'ਚੋਂ ਲਾੜੀ ਦੇ ਲਹਿੰਗੇ ਨੇ ਪਾ ਦਿੱਤਾ ਇਹ ਪੁਆੜਾ, ਸਾਰੇ ਪਾਸੇ ਹੋ ਰਹੀ ਹੈ ਚਰਚਾ। ਹਾਂਜੀ, ਖਬਰ ਨੂੰ ਸਾਂਝੀ ਕਰਨ ਤੋਂ ਪਹਿਲਾਂ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਹਾਂਜੀ, ਪ੍ਰਾਪਤ ਜਾਣਕਾਰੀ ਅਨੁਸਾਰ ਯਾਨੀ ਕਿ ਬੁਲੰਦਪੁਰ ਸ਼ਹਿਰ ਦੇ ਕੋਤਵਾਲ ਖੇਤਰ ਵਿੱਚ ਰਹਿਣ ਵਾਲੇ ਕਿਰਨਪਾਲ ਸਿੰਘ ਦੀ ਲੜਕੀ ਨੂੰ ਵਿਆਹਣ ਲਈ ਕਰੋੜਾ ਥਾਣਾ ਖੇਤਰ ਦੇ ਪੈਂਦੇ ਪਿੰਡ तो बरात आई हुई सी। जद बरात पिंड पहुंची तो मुंडे वालों वालों कुड़ी दे कपड़े अते उसका लहंगा कुड़ी दे घर भेज दिता गया। जद कुड़ी वालों ने कपड़ों नूं खोल के ध्यान नाल मारिया यानी कि निगाह मारी तां उस विचों कुड़ी दा लहंगा पुराना अते फटिया होया सी, जिस कारण लड़की दे रिश्तेदारां वालों मुंडे वालों नूं काफ़ी गालां सुनाईयां गईयां। हांजी, हादसे की बहस इन्नी वध गई कि दोवां धिरां विच मामला गर्म हो गया ਅਤੇ ਯੂਪੀ ਦੇ 112 ਦੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮਾਮਲੇ ਨੂੰ ਸੁਲਝਦਾ ਨਾ ਦੇਖਦੇ ਹੋਏ ਪੁਲਿਸ ਵੱਲੋਂ ਦੋਨਾਂ ਧਿਰਾਂ ਦੇ 12 ਲੋਕਾਂ ਨੂੰ ਗ੍ਰਿਫਤਾਰ ਕਰਕੇ ਕੋਤਵਾਲ ਵਿੱਚ ਲਿਆਂਦਾ ਗਿਆ। ਹਾਂਜੀ, ਪੁਲਿਸ ਨੇ ਇਹਨਾਂ 12 ਲੋਕਾਂ ਦੀ ਸ਼ਿਕਾਇਤ ਯਾਨੀ ਕਿ ਸ਼ਾਂਤੀ ਭੰਗ ਕਰਨ ਦਾ ਮਾਮਲਾ ਦਰਜ ਕਰਕੇ ਚਲਾਨ ਕੱਟ ਦਿੱਤਾ ਹੈ ਅਤੇ ਬਾਅਦ ਵਿੱਚ SDM ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਬਰਾਤੀਆਂ ਦੀ ਇਸ ਗ੍ਰਿਫਤਾਰੀ 'ਤੇ ਮੁੰਡੇ ਵਾਲੇ ਕਾਫ਼ੀ ਭੜਕ ਗਏ ਅਤੇ ਦੂਸਰੇ ਪਾਸੇ ਕੁੜੀ ਵਾਲੇ ਵੱਲੋਂ ਫੇਰੇ ਪੂਰੇ ਹੋਣ ਤੋਂ ਬਾਅਦ ਕੁੜੀ ਨੂੰ ਬਰਾਤ ਨਾਲ ਭੇਜਣ ਤੋਂ ਮਨ੍ਹਾ ਕਰ ਦਿੱਤਾ ਗਿਆ। ਅਗਲੀ ਸਵੇਰ ਦੋਨਾਂ ਧਿਰਾਂ ਦੇ ਪੰਚਾਇਤ ਮੈਂਬਰਾਂ ਨੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਇਆ ਅਤੇ ਮਾਮਲਾ ਸੁਲਝਾਉਣ ਤੋਂ ਬਾਅਦ ਕੁੜੀ ਨੂੰ ਲੜਕੇ ਵਾਲਿਆਂ ਨਾਲ ਵਿਦਾ ਕਰਵਾਇਆ। ਹਾਂਜੀ, ਇਹ ਸਾਡੀ ਖਬਰ ਇੱਥੇ ਸਮਾਪਤ ਹੁੰਦੀ ਹੈ ਜੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।